सिक्स पैक एब्स, क्या बात है। ओ सेक्सी बॉय। नहीं नहीं तेरे कच्चे जो मोरी नहीं ओदा मोरी है क्या। चक चलो फिर लो जी वाह जी वाह। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਸਾਰੇ। ਅਤੇ ਹੁਣ ਅਸੀਂ ਅਗਲਾ ਪਾਰਟ ਹੈ ਜਿਹੜਾ ਬਲੌਗ ਦਾ ਉਹ ਸ਼ੂਟ ਕਰਨ ਲੱਗੇ ਹਾਂ ਅਤੇ ਮਾਰਕੀਟ 'ਚ ਆ ਗਏ ਆਪਾਂ। ਮਾਰਕੀਟ 'ਚ ਘੁੰਮੀ ਜਾਂਦੇ ਹਾਂ ਅਤੇ ਕਿੱਧਰ ਚੱਲੇ ਕਿੱਥੇ ਭਾਅ ਜੀ ਆਪਾਂ? ਪੂਲ 'ਤੇ। ਹੈਂ ਪੂਲ 'ਤੇ? ਕਿਹੜੇ ਪੂਲ 'ਤੇ? ਸਵੀਮਿੰਗ ਪੂਲ 'ਤੇ। ਸਵੀਮਿੰਗ ਪੂਲ ਕਿ ਸਵੀਮਿੰਗ ਪੂਲ? ਸਵੀਮਿੰਗ ਪੂਲ, ਸਵੀਮਿੰਗ ਪੂਲ, ਸਵੀਮਿੰਗ ਪੂਲ ਚੱਲੇ ਹਾਂ। ਤੁਹਾਨੂੰ ਮਾਰਕੀਟ ਦਿਖਾਉਂਦਾ ਮੈਂ ਇੱਥੇ ਦੀ। ਆਹੀ ਹੋ ਗਏ ਲੇਟ। ਪਾਣੀ ਮੀ ਮੱਚ ਗਿਆ ਸ਼ੋਰ। ਚੱਲ ਕਿੱਦਾਂ ਜੀ ਆਪਾਂ ਚੱਲੇ ਸਵੀਮਿੰਗ ਪੂਲ ਤੇ ਛਾਲ ਮਾਰਨੀ ਆਪਾਂ 6 ਫੁੱਟ ਵਾਲੇ ਪਾਣੀ 'ਚ। 6 ਫੁੱਟ ਨਹੀਂ ਗਏ। ਹਾਂ ਇਹ ਹੈਗਾ ਮਕਲੋਡ ਗੰਜ ਵਾਲਾ। ਇੱਥੇ ਕਿੰਨਾ ਨੇ ਜਾਣਾ ਡੁੱਬ ਉਹਦੇ ਡੱਕ ਕੇ ਮੈਂ ਸ਼ਰਾਬ ਪੀ ਕੇ ਸਵੀਮਿੰਗ ਪੂਲ ਚੱਲਾ। ਮੈਨੂੰ ਓਏ ਮੈਂ ਸ਼ਰਾਬ ਨਹੀਂ ਨਹੀਂ ਪੀਤੀ ਸ਼ਰਾਬ। ਮੈਨੂੰ ਕਹਿੰਦਾ ਆ ਕੂਪਨ ਖੋਲੋ ਤੁਹਾਡਾ ਜੋ ਨਿਕਲੇਗਾ ਤੁਹਾਨੂੰ ਮਿਲੇਗਾ। ਮੈਂ ਕੂਪਨ ਖੋਲਿਆ ਮੈਨੂੰ 20% ਆਫ ਮਿਲੀ ਭੈਣ ਚੋ। ਇਹ ਇੱਥੇ ਦੀ ਮਾਰਕੀਟ ਆ ਭਾਈ, ਦੇਖੋ ਸਾਰਾ ਕੁਛ ਇੱਥੋਂ ਮਿਲਦਾ ਹੈ। ਦੇਖੋ ਘੈਂਟ ਮਾਰਕੀਟ ਬਣੀ ਆ। ਮੈਂ ਪਹਿਲੀ ਵਾਰ ਆਇਆ ਇੱਥੇ, ਉਹ ਵੀ ਮੇਰੇ ਭਰਾ ਲੈ ਕੇ ਆਏ ਮੈਨੂੰ ਧੱਕੇ ਨਾ। ਇਹ ਬੰਦਾ ਸਪੈਸ਼ਲ ਦਿੱਲੀ ਫਲਾਇਆ ਤੁਹਾਨੂੰ ਜਿਵੇਂ ਦੱਸਿਆ ਜੀ ਪਿਛਲੇ ਵਲੋਗ ਦੇ ਵਿੱਚ ਤੇ ਹੁਣ ਅਸੀਂ ਤੁਹਾਨੂੰ ਤੇ ਹੁਣ ਆਪਾਂ ਸਵੀਮਿੰਗ ਪੂਲ ਚੱਲੇ ਆ। ਨਹਾਉਣਾ ਕਿਸੇ ਨੇ ਨਹੀਂ ਕਿਉਂਕਿ ਕੱਪੜੇ ਤਾਂ ਕਿਸੇ ਨੇ ਚੱਕੇ ਨਹੀਂ। ਮੈਂ ਲੈਣਾ ਉਹ ਤੇਰੀ ਭੈਣ ਨੂੰ ਓਏ ਛਾਲ ਮਾਰਦੀ ਨਹੀਂ ਲੈ ਕੇ ਕੱਪੜੇ। ਅੱਛਾ ਉਹ ਕਿੱਦਾਂ ਜਗਰਾਜ ਦਾ ਭਰਾ ਚੱਲਾ ਉਹਦੇ। ਸਮਾਨ ਸਮੂਹ ਲੈ ਲਓ, ਮੈਨੂੰ ਕੱਪੜੇ ਦੀ ਦੁਕਾਨ ਦੱਸ ਦਿਓ। ਮੈਂ 2 ਟੀ ਸ਼ਰਟਾਂ ਲੈਣੀਆਂ ਆ। ਇੱਥੇ ਬਿੱਛੂ ਵਾਲੇ ਮਿਲਦੇ ਆ ਕੱਪੜੇ ਲਾ ਲੈਣੇ। ਲਓ ਜਿਵੇਂ ਤੁਹਾਨੂੰ ਦੱਸਿਆ ਸੀਗਾ ਆਪਾਂ ਆਹ ਦੇਖੋ ਸਵੀਮਿੰਗ ਪੂਲ ਆ ਗਏ ਆਪਾਂ। ਇੱਥੇ ਸਾਰਾ ਕੁਝ ਮਿਲਦਾ ਹੈ, ਅੰਡਰਵੇਅਰ ਬਨੈਨ ਲੈ ਲਓ ਜੋ ਮਰਜ਼ੀ ਲੈ ਲਓ। ਆਹ ਦੇਖੋ ਸਵੀਮਿੰਗ ਪੂਲ, ਪਾਣੀ ਇੰਨਾ ਠੰਡਾ ਇੱਥੇ, ਪਾਣੀ ਇੰਨਾ ਠੰਡਾ ਮੈਂ ਕਹਿੰਦਾ ਜਿਹੜਾ ਇੱਕ ਵਾਰ ਇੱਥੇ ਠੰਡ ਮੌਸਮ ਵੀ ਉੱਤੋਂ ਠੰਡਾ ਆ ਅਤੇ ਪਾਣੀ ਵੀ ਇੰਨਾ ਠੰਡਾ ਆ। ਜੇ ਤੁਸੀਂ ਆਹ ਦੇਖੋ, ਵਾਹ ਪਾਣੀ ਵਾਕਈ ਬਹੁਤ ਠੰਡਾ। ਉਹ 5.5 ਫੁੱਟ ਡੁੱਬਦਾ ਹੀ ਜਾਊਗਾ ਮਾਰੇ ਛਾਲ। ਨਹੀਂ ਡੁੱਬਦਾ ਉਹਦੇ ਬਾਈ ਨਿਕਲੀ ਤਾਂ ਜਾਂਦਾ। ਬਾਈ ਤਾਂ ਨਿਕਲ ਗਿਆ ਮੈਂ ਨਹੀਂ ਨਾ ਨਿਕਲਣਾ। ਤੁਸੀਂ ਨਾ ਹੋਵੇ ਸ਼ਾਹ ਜੀ ਨਹਾਵਾਂਗੇ ਹੁਣੇ ਵਾ। ਸ਼ਾਹ ਜੀ ਨਹਾਓ ਠੰਡਾ ਪਾਣੀ ਹੈ। ਨਹੀਂ ਨਹਾਣਾ ਤਰ ਵੀ ਦਿੰਦੇ ਤੇ ਤਰ ਵੀ ਲੈਂਦੇ ਤਰ ਲੈ ਲੈਂਦਾ ਤਰ ਲੈ ਲੈਂਦਾ ਜੀ ਪਾਣੀ ਚ ਤਰ ਨੀ ਲੈਂਦਾ ਤਾਰ ਲੈਂਦਾ ਤੇ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ। ਵਧੀਆ ਮਾਹੌਲ ਆ, ਠੰਡਾ ਮੌਸਮ ਆ, ਘੁੰਮਣ ਆਉਣਾ ਬੇਸ਼ੱਕ ਆਓ, ਘੈਂਟ ਜਗ੍ਹਾ ਆ। ਜੇ ਮੈਂ ਡੁੱਬ ਕੇ ਕੱਢ ਲੂੰ ਛਾਲ ਮਾਰਦਾ ਪਹਿਲਾਂ ਮੈਂ ਕਾਹਦੇ ਕੱਢਣਾ। ਮੇਰਾ ਭਰਾ ਆਉਂਗਾ ਜੇ ਰਹਿ ਗਿਆ ਭੋਗ ਖਾਊ ਮੈਂ ਤੇਰਾ। ਸਾਰਾ ਭੋਗ ਮੈਨੂੰ ਕਹਿੰਦਾ ਕੁਝ ਨਹੀਂ ਦੇਣਾ ਮੇਰੇ ਘਰਦੇ ਨੇ ਉੱਤੇ। ਉਹ ਚਲੋ ਫਿਰ ਬਾਰੀ ਬਾਰੀ ਛਾਲਾ ਮਾਰੋ। ਉਹ ਦੇਖੋ ਪੁੱਛ ਲਈਏ ਭਾਜੀ ਨੂੰ ਕਿੰਨਾ ਡੂੰਗਾ। ਮੈਂ ਪੁੱਛ ਗਿਆ ਜਾ ਪੁੱਛਿਆ ਓਏ ਇੱਧਰ ਆ ਬਹੁਤ ਡੂੰਗਾ ਨਹੀਂ ਇੱਧਰ ਆ ਮਾਮਾ ਉਹਨਾਂ ਦੇ ਨੂੰ ਪੈਸੇ ਪਾਸੇ ਨਹੀਂ ਡੂੰਗੇ ਲੱਗਦੀ ਇੱਧਰ ਆ ਤੈਰ ਲੈਂਦਾ ਤੂੰ ਤਰ ਲੈਣਾ ਉਹ ਤਾਂ ਤੈਰ ਲੈਂਦਾ ਤੂੰ ਤਰ ਲੈਣਾ ਮੈਂ ਨੀ ਮੈਂ ਤੈਰ ਲੈਣਾ ਚੱਲ ਇੱਧਰ ਡੂੰਗਾ ਵਾ ਇੱਧਰ ਇੱਧਰ ਨੀ ਡੂੰਗਾ ਹੈਗਾ ਉੱਧਰ ਕਿੰਨਾ ਡੂੰਗਾ ਭਾਈ ਨਹਾਓ ਤੁਸੀਂ ਨਹੀਂ ਨਹਾਉਣਾ ਪਾਣੀ ਦਾ ਠੰਡਾ। ਓ ਸੈਕਸੀ ਬੋਏ ਕਿਆ ਬਾਤ ਹੈ। ਤੂੰ ਕੱਪੜੇ ਦਾ ਸਾਲਿਆ ਲੈ ਕੇ ਨੀ ਆਇਆ ਮਾਰ ਦੇ ਮੇਰੇ ਭਰਾ ਕੱਢ ਲਿਆ ਮੈਨੂੰ। ਠੀਕ ਆ ਠੀਕ ਆ ਚੱਲ ਪਹਿਲਾਂ ਫਿਰ ਮੇਰੇ ਵੀਰ ਛਾਲ ਮਾਰੂ ਮਰਨਾ ਨਹੀਂ ਮਾਰਦਾ ਪਹਿਲਾਂ ਤੁਹਾਨੂੰ ਹੀ ਮਾਰਨੀ ਪੈਣੀ ਪਹਿਲਾਂ ਉਹ ਪੈਰ ਫੜ ਕੇ ਅੰਦਰ ਜਾਂਦਾ ਪਹਿਲਾਂ ਦੇਖਦਾ ਕਿੰਨਾ ਕੁ ਡੂੰਘਾ ਵਾ।
ਨਹੀਂ ਨਹੀਂ ਤੇਰੇ ਕੱਛੇ ਚ ਮੋਰੀ ਨੀ ਓਦਾਂ ਮੋਰੀ ਹੈਗੀ ਆ ਚਲੋ ਫਿਰ ਵਾਰੀ ਵਾਰੀ ਆ ਜਾਓ ਓਏ ਓਏ ਹੋਏ 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 ਆ ਕੀਤੀ ਗੱਲਬਾਤ ਚਲੋ ਚਲੋ ਓਏ ਛਾਲ ਮਾਰ ਛਾਲ ਮਾਰ ਸਾਲਾ अठ पै गए साले कि डूंगा बस छे फुट डूंगा भाजी मैं ना के दिखावा थानू हसी जाता ठीक है ठीक है चल आ गया एक ओनू धक्का मारन सिकंदर नू ओ तौलिया लेके आया चलो फिर कि महसूस होया निकल गया मैं भी नहा लगा अंडरवियर बनाने चलो फिर वड़ो चलो फिर आ की हो रहा वा शाल दे मारो चलो कच्चा नहीं उतर रहा लो जी वाह जी वाह इधर तो हले तक माहौल ठीक ही आ नहीं बची फड़ो फड़ो है भरा है वा कूली पर निकल गई तेरे दूध भी निकल गए पानी बहुत ठंडा है बहुत ज्यादा ठंडा चल फिर आ कच्छा सेट करी जाना मामा चल ओए ध्यान ना जाई ठंडा पानी कटना कुटना मैं किसी नू नहीं चल फिर ओए मार चल भाई तू ही तैर लेने तर लेंदा तू तर लेना वो तैर लेना तर नहीं लेंदा पैर नहीं लगते ना भाई पैर नहीं लगते गवाह सारे भरावा ठंडा पानी है दो मिनट नहीं रह रहा पानी च मैं कढ़ना नहीं मैं पहला कहता हाथ कंबी जांदे आ ओए ओ उधर चेक कर रेस लगी ओदी
ਚੱਲ ਤੂੰ ਵੀ ਆਇਆ ਇੰਨਾ ਸਵਾਦ ਆ ਰਿਹਾ ਇਹ ਆ ਜਾ ਕੇ ਛਾਤੀ ਭਨਾ ਲਈ ਬੰਦੇ ਨੇ ਚੱਲਾ ਉਸਤਾਦ ਇਹ ਉਸਤਾਦ ਜੀ ਚੱਲੇ ਨੇ ਸਹੀ ਆ ਆਇਆ ਉਹਦਾ ਆ ਛਾਤੀ ਬਣਾਈ ਉਹ ਤੇਰੀ ਉਹ ਭੈਣ ਨੂੰ ਓਏ ਇੱਧਰ ਨੂੰ ਆਇਆ ਇੱਧਰ ਨੂੰ ਸਾਲੇ ਨੇ ਰਹਿਣਾ ਹੀ ਵਿੱਚ ਹੀ ਭੈਣ ਚੋਂ ਤਾਂ ਹੀ ਤੈਨੂੰ ਕਹਿ ਰਿਹਾ ਇੱਧਰ ਨੂੰ ਆਇਆ ਠੀਕ ਹੈ ਠੀਕ ਹੈ ਓ ਹੋਏ 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 ਬੰਦੇ ਦਾ ਮੂੰਹ ਹੋ ਗਿਆ ਇਹ ਲਾਲ ਸਾਜ ਸਾਹ ਨਹੀਂ ਆ ਰਹੇ ਚਲੋ ਆਇਓ 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 ਆਹੋ ਆਹੋ ਇੱਧਰ ਕਰ ਮੂੰਹ ਵੀ ਲਾਲ ਹੋ ਗਿਆ ਬਈ ਡੂੰਗਾ ਉਹ ਤਾਂ ਕੀ ਕਰੀਏ ਲਓ ਲਓ ਡੁੱਬ ਗਿਆ ਹੋਏ ਆ ਮੇਰੇ ਸ਼ੇਰ ਠੰਡਾ ਪਾਣੀ ਬਹੁਤ ਆ ਜਾ ਆ ਜਾ ਹੋਏ 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 ਪਾਣੀ ਬਹੁਤ ਠੰਡਾ ਭਰਾ ਮੈਂ ਨਿਕਲ ਗੱਡੀ ਲੈ ਚਲੋ ਉਹ ਦੇਖ ਉਹ ਮਰਨਾ ਉਹਨੇ ਅੱਜ ਉਸਤਾਦ ਜੀ ਦਾ ਹੁਣ ਕਿੱਥੇ ਆ ਔਖਾ 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 ਚਲੋ ਜੀ ਬਸ ਜੀ ਬਸ 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 ਇੱਕ ਵਕਤ ਚੱਲ ਚੱਲ ਫਿਰ ਸੁਜਲ ਚਲੋ ਧੱਕਾ ਦੇਣ ਦੀ ਸਲਾਹ ਹਾਂਜੀ ਗਾਇਸ ਆਪਾਂ ਹੁਣ ਨਾਲੇ ਤੇ ਸਵਾਦ ਆਇਆ ਪੂਰਾ ਆਇਆ ਕੱਚੇ ਚੋੜ ਲੈ ਇੰਨਾ ਠੰਡਾ ਪਾਣੀ ਆ ਤੇ 7-7 ਫੁੱਟ ਡੂੰਘਾ ਪਾਣੀ ਡੂੰਘਾ ਵੀ ਹੈਗਾ ਤੇ ਵਿੱਚ ਇੱਕ ਅੱਧੀ ਵਾਰੀ ਵਿਚਾਰਾ ਗੋਤਾ ਖਾ ਗਿਆ ਸੀ ਇਹਨੂੰ ਕੱਢਿਆ ਬਾਹਰ ਸਪੈਸ਼ਲ ਅਸੀਂ ਉਹ ਤੋਂ ਬਾਅਦ ਹੁਣ ਅਸੀਂ ਚੱਲੇ ਹਾਂ ਦੇਖਦੇ ਹਾਂ ਜੇ ਮਾਰਕੀਟ ਘੁੰਮਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਕੁਛ ਹੋਰ ਜੇ ਸਾਨੂੰ ਵਧੀਆ ਲੱਗਦਾ ਕਿਉਂਕਿ ਮੈਂ ਪਹਿਲੀ ਵਾਰ ਆਇਆ ਇਹ ਬੰਦੇ ਬਹੁਤ ਵਾਰ ਆ ਚੁੱਕੇ ਆ ਤੇ ਬਾਕੀ ਚਲੋ ਦੇਖਦੇ ਹਾਂ ਹੁਣ ਅੱਗੇ ਹੋਰ ਕੀ ਆ ਦੇਖਣ ਭਰਾ ਮੇਰੇ ਨਹਾ ਕੇ ਫੁੱਦੂ ਬਣ ਕੇ
ਮਾਰਕੀਟ ਵਧੀਆ ਬਣੀਆਂ ਛੋਟੀ ਜੀ ਹਨਾ ਮਾਰਕੀਟ ਸੋਹਣੀ ਆ ਹੋਰ ਸੁਣਾਓ ਬਸ ਵਧੀਆ ਓਕੇ ਇਹ ਆਪਣਾ ਰੈਸਟੋਰੈਂਟ ਹੈ ਜਿਹੜਾ ਆਪਾਂ ਰੈਂਟ ਤੇ ਲਿਆ ਆ ਬਾਏ ਕੀਤਾ ਤੈਨੂੰ ਬਾਏ ਕਰਦਾ ਉਹਨੂੰ ਬਾਏ ਕੀਤਾ ਇਹ ਦੇਖ ਲਓ ਇਹਨੂੰ ਟੈਕ ਆਇਆ ਹੋਇਆ ਸਾਲੇ ਨੂੰ ਆ ਸਾਲੇ ਨੇ ਪੇਟ ਸਾਲਾ ਠਵਾ ਠਵਾ ਕੇ ਵੈਨ ਦੀ ਟੰਗ ਕਬਜੇ ਕਰਾਤੀ ਹੋਈ ਹੈ ਸਾਰਿਆਂ ਨੂੰ ਇਹਨੂੰ ਟੈਕ ਆਇਆ ਹਸਪੀਟਲ ਚ ਪਿਆ ਹੈ ਸੀਰੀਅਸ ਹੈ ਗੱਲ ਪੂਰਾ ਮੈਂ ਹੁਣ ਦੱਸੋ ਭਾਜੀ ਆਪਾਂ ਕਮਰੇ ਜਾਣਾ ਕਿੱਥੇ ਜਾਣਾ ਕਮਰੇ ਜਾਣਾ ਥੱਲੇ ਅੰਡਰ ਗਾਰਮੈਂਟਸ ਪਾ ਕੇ ਫੇਰ ਆਉਣਾ ठीक है।